ਤੂੰ ਦੇਖੋ ਕਿਹੜੇ ਪਾਸਿਓਂ ਇਹ ਸਿੱਧੂ ਮੂਸੇਵਾਲੇ ਦਾ ਹਮਸ਼ਕਲ ਆ, ਕੌਣ ਇਹਨੂੰ ਹਮਸ਼ਕਲ ਕਹਿੰਦਾ ਗਾ? ਉਹੋ ਜਿਹੇ ਫੁੱਦੂ ਮੀਡੀਆ ਵਾਲੇ ਆ ਜਿਹੜੇ ਇਹਦੇ ਮੂੰਹ ਦੇ ਵਿੱਚ ਮੈਕ ਤੁੰਨਦੇ ਆ, ਲਿਖਦੇ ਆ ਇਹ ਸਿੱਧੂ ਮੂਸੇਵਾਲੇ ਦਾ ਹਮਸ਼ਕਲ, ਕਿਹੜੇ ਪਾਸੋਂ ਹਮਸ਼ਕਲ ਆ, ਇਹਨਾਂ ਦੀ ਸ਼ਕਲ ਮਿਲਾ ਲਓ, ਕਿਸੇ ਪਾਸੋਂ ਵੀ ਨਹੀਂ ਹੈਗਾ। ਹੋਰ ਲੋਕ ਕਿੰਨੇ ਆ ਜਿਨ੍ਹਾਂ ਦੀ ਸ਼ਕਲ ਮਿਲਦੀ ਆ, ਜਿਨ੍ਹਾਂ ਨੂੰ ਹਮਸ਼ਕਲ ਕਹਿ ਸਕਦੇ ਹਾਂ? ਇਹਨਾਂ ਦਾ ਯਾਰ ਇੰਨਾ ਫਰਕ ਆ, ਹਮਸ਼ਕਲ ਆਈ ਆ ਬੰਦਾ, ਇਹ ਬੰਦਾ ਸਿਰੇ ਦਾ ਠੱਗ, ਇਹਨੂੰ ਤੁਸੀਂ ਹਮਸ਼ਕਲ ਕਹਿੰਦੇ ਆ? ਸਮਝੋ ਬਹਾਰਾ ਕਹਾਣੀ। ਸਿੱਧੂ ਮੂਸੇਵਾਲੇ ਵੀ ਪਿਓ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਮੀਡੀਆ ਦੇ ਸਾਹਮਣੇ ਵੀ ਇਹੋ ਜਿਹੇ ਬੰਦੇ ਨੂੰ ਭਾਈ ਬਿਲਾ ਬੰਦਾ ਇਹ ਕੀ ਕਰੀ ਜਾਂਦਾ, ਇਹ ਕਿਹੜੇ ਪਾਸੋਂ ਹਮਸ਼ਕਲ ਆ, ਫੇਮਸ ਹੋਣ ਦਾ ਮਾਰਾ ਲੋਕਾਂ ਨਾਲ, ਕਦੇ ਕਿਹਨੂੰ ਕੁਛ ਕਹੀ ਜਾਂਦਾ, ਕਦੇ ਕਿਹਨੂੰ ਕੁਛ ਕਹੀ ਜਾਂਦਾ, ਡਾਂਕਾ ਤਾਂ ਨਹੀਂ ਫਿਰਦਾ ਦੇ ਕੋਈ ਵੀ? ਹਮਸ਼ਕਲ ਮੈਂ ਦੇਖਿਆ ਸਾਰਿਆਂ ਨਾਲੋਂ ਬੇਕਾਰ ਬੰਦਾ ਮੈਨੂੰ ਇਹ ਲੱਗਿਆ, ਜਿਹਦੀ ਸ਼ਕਲ ਬਿਲਕੁਲ ਵੀ ਮੈਚ ਨਹੀਂ ਹੁੰਦੀ। ਵਜ੍ਹਾ ਕੀ ਆ? ਉਹ ਹੰਡਿਆ ਵਾ, ਉਹਨੂੰ ਗੱਲ ਕਰਨੀ ਆਉਂਦੀ ਆ, ਮੀਡੀਆ ਨੂੰ ਚੰਗਾ ਲੱਗਦਾ ਗਾ, ਝੂਠੀਆਂ ਕਹਾਣੀਆਂ ਬਣਾਉਣੀਆਂ ਆਉਂਦੀਆਂ ਉਹਨੂੰ। ਬਾਕੀ ਜਿਹੜੇ ਬੰਦੇ ਆ ਉਹ ਸ਼ਰੀਫ ਆ, ਸਿੱਧੇ ਆ, ਉਹ ਬੜਾ ਬੋਲਚਾਲ ਕੇ ਖੁਸ਼ ਨਹੀਂ, ਨਾ ਮੀਡੀਆ ਸਾਹਮਣੇ ਆ ਕੇ ਖੁਸ਼ ਆ। ਅਤੇ ਮੈਂ ਹੈਰਾਨ ਉਹਨਾਂ ਲੋਕਾਂ ਦੇ ਜਿਹੜੇ ਇਹਨੂੰ ਵੇਖਦੇ ਆ, ਇਹਨੂੰ ਫੋਲੋ ਕਰਦੇ, ਇਹਨੂੰ ਕਮੈਂਟ ਕਰਦੇ ਆ। ਉਹ ਪਤਾ ਨਹੀਂ ਕਿਹੜੀ ਪ੍ਰਜਾਤੀ ਆ, ਉਹ ਕਿਹੜੇ ਜੰਗਲ 'ਚੋਂ ਨਿਕਲ ਕੇ ਆਏ, ਜਿਨ੍ਹਾਂ ਨੂੰ ਕੋਈ ਪਰਖ ਹੀ ਨਹੀਂ ਹੈ, ਜਿਹੜੇ ਇਹਨੂੰ ਵੇਖਦੇ ਆ ਜਿੱਥੇ ਵੀ ਇਹ ਵੀਡੀਓ ਪਾਉਂਦਾ ਗਾ, ਜਿੱਥੇ ਵੀ ਇਹਦੀ ਵੀਡੀਓ ਹੁੰਦੀ ਆ, ਇਹਨੂੰ ਗਾਲਾਂ ਕੱਢੋ ਟਕਾ ਕੇ ਇਹਨੂੰ, ਆ ਗਿਆ ਵੱਡਾ ਹਮਸ਼ਕਲ। ਮੈਨੂੰ ਤਾਂ ਇਹ ਬੰਦਾ ਇੰਨਾ ਬੁਰਾ ਲੱਗਦਾ ਨਾ, ਜਿੰਨਾ ਵੀ ਤੁਸੀਂ ਕਹਿ ਲਓ, ਪਤਾ ਨਹੀਂ ਕੌਣ ਇਹਨੂੰ ਹਮਸ਼ਕਲ ਬਣਾਈ ਜਾਂਦਾ ਗਾ। ਕੋਈ ਵੀ ਮੀਡੀਆ ਵਾਲਾ ਇਹਦੀ ਕੋਈ ਖਬਰ ਵੀ ਲਾਉਂਦਾ ਗਾ, ਥੱਲੇ ਹਨੇਰੀ ਲਿਆ ਦਿਓ ਕਮੈਂਟਾਂ ਦੀ, ਜੱਦੇ ਹੋਏ ਹਮਸ਼ਕਲ ਦੇ। ਕਿਹੜੇ ਕਿਸੇ ਪਾਸੋਂ ਤਾਂ ਸ਼ਕਲ ਮਿਲੇ ਯਾਰ, ਕਿਹੜੇ ਪਾਸੋਂ ਸ਼ਕਲ ਮਿਲਦੀ ਹੈ ਇਹਦੀ ਉਹਦੇ ਨਾਲ? ਉਹ ਬੰਦੇ ਵੀ ਤੁਸੀਂ ਬੇਇੱਜ਼ਤੀ ਕਰਦੇ ਹਾਂ ਇਹਦੀ ਸ਼ਕਲ ਮਿਲਾ ਕੇ, ਕਿਹੜੇ ਪਾਸੋਂ ਇਹਦੀ ਸ਼ਕਲ ਮਿਲਦੀ ਆ?